ਤੁਸੀਂ ਜਿਹੜੀ ਗੱਲ ਕਹੀ ਕਿ ਜਿੰਨਾ ਔਖਾ ਮੈਂ ਹੋਇਆ ਮੈਂ ਨਹੀਂ ਚਾਹੁੰਦਾ ਕਿ ਅਦਾਕਾਰੀ ਦੇ ਵਿੱਚ ਓਨਾ ਔਖਾ ਕੋਈ ਹੋਵੇ ਉਹ ਵੀ ਜਦੋਂ ਮੈਨੂੰ ਯਾਦ ਆ ਜਦੋਂ ਮੈਂ ਦੁਕਾਨ ਤੇ ਹੁੰਦਾ ਸੀ ਲੱਖ ਡੇਢ ਲੱਖ ਰੁਪਿਆ ਫਿਰ 2 ਲੱਖ ਰੁਪਿਆ 2.5 ਲੱਖ ਰੁਪਿਆ ਦੁਕਾਨ ਤੋਂ ਉਸ ਉਹਵੇਂ ਹੋਗਾ ਮਹੀਨੇ ਦਾ ਉਹਵੇਂ ਹੋਣ ਲੱਗਾ ਪਰ ਜਦੋਂ ਮੈਂ ਵजूद ਫਿਲਮ ਦਾ ਕਦੇ ਨਾਨਾ ਪਾਡੇਕਰ ਸਾਹਿਬ ਓਮਪਰੀ ਸਾਹਿਬ ਇਹਨਾਂ ਦੀਆਂ ਫਿਲਮਾਂ ਚੱਲਦੀਆਂ ਤੇ ਮੇਰਾ ਰੋਨ ਨਿਕਲ ਜਾਂਦਾ ਸੀ ਵੀਰ ਮੈਨੂੰ ਕਦੇ ਮੌਕਾ ਇਹ ਮਿਲੂਗਾ ਇਹ ਅਰਦਾਸ ਦੇ ਵਿੱਚ ਬਾਈ ਨੇ ਤਸੱਲੀ ਕਰਾਤੀ ਮੈਂ ਕਿਹਾ ਵੀ ਮੈਂ ਇੱਕ ਪਾਸੇ ਤਾਂ ਮੇਰੇ ਲਿਖਿਆ ਹੋਣਾ ਵੀ ਪ੍ਰਿੰਸ ਕਮਲਜੀਤ ਸਿੰਘ ਨੇ ਇੰਪਲੇਡ ਇੱਕ ਮੈਂ ਦੂਜੇ ਪਾਸੇ ਉਹਦੇ ਦਫ਼ਤਰ ਦੇ ਲਾਉਣਾ ਵੀ ਇਹ ਜਨਮ ਤੇ ਮਾਰੇ ਲਿਖੇ ਵੀ ਪੀਕ ਕਰਾਤੀ ਮੈਂ ਮੈਂ ਕਹਿੰਦਾ ਹੁੰਦਾ ਸੀਗਾ ਪਰ ਉਹਦੇ ਤੋਂ ਬਾਅਦ ਮੈਂ ਕਹਿਣੋ ਹੜ ਗਿਆ ਵੀ ਵਾਹ ਮੈਂ ਤਸੱਲੀ ਹੋ ਗਈ ਕਹਿੰਦੇ ਨਹੀਂ ਹੁੰਦੇ ਵੀ ਆਹ ਕੰਮ ਹੋ ਜੇ ਅਗਲੇ ਦਿਨ ਭਲਾਂ ਦੀ ਬੰਦਾ ਮਰ ਜੇ ਉਹ ਉਹ ਰੋਲ ਕਰਕੇ ਬਸ ਇਹ ਇਹੀ ਚੀਜ਼ ਸੀਗੀ ਜਿਹਨੇ ਆ ਪਲਸਟਰ ਵਾਲੇ ਪਾਸੇ ਤੇ ਮੈਨੂੰ ਉਧਰ ਨੂੰ ਕਰਤਾ ਮੈਨੂੰ ਖਾਲੀ ਉਹੀ ਮੈਨੂੰ ਹੋਇਆ ਵੀ ਮੈਂ ਯਾਰ ਜਿੰਨਾ ਟੈਲੈਂਟ ਪਿਆ ਨਾ ਜਿੰਨਾ ਜੋ ਮੇਰਾ ਜਿੱਦਾਂ ਲੱਗ ਸਕਦਾ ਜਿੰਨੀਆਂ ਕਿ ਮੇਰੀਆਂ ਪੋਸੀਬਿਲ ਮੈਂ ਕਰ ਸਕਦਾ ਜਿੰਨਾ ਜੋਰ ਲਾ ਸਕਦਾ ਮੈਂ ਦੂਜੇ ਵੀਰਾਂ ਵਾਸਤੇ ਦੂਜਿਆਂ ਵਾਸਤੇ ਮੈਂ ਉਹ ਖੜਾ ਤੇ ਇਹ ਵੀ ਇਹ ਵੀ ਇੱਕ ਸਭ ਤੋਂ ਵੱਡਾ ਰੀਜ਼ਨ ਹੈ ਤੁਹਾਨੂੰ ਬਲਾਸਟਰ ਦੇਖਣੀ ਚਾਹੀਦੀ ਹੈ ਚੌਪਾਲ ਤੇ ਜਿਹੜੀ 21 ਤਰੀਕ ਨੂੰ ਆ ਰਹੀ ਹੈ ਰੀਜ਼ਨ ਸਭ ਤੋਂ ਵੱਡਾ ਆ ਕਿ ਐਸੇ ਐਕਟਰਸ ਦੇਖਣਗੇ ਜਿਨ੍ਹਾਂ ਨੇ ਜਿਹੜੇ ਇਹਨਾਂ ਸਾਹਮਣੇ ਵੱਡੇ ਹੋਏ ਨੇ ਜਿਹੜੇ ਇਹਨਾਂ ਨੂੰ ਐਡਮਾਇਰ ਕਰਦੇ ਨੇ ਤੇ ਐਸੇ ਨਾਮ ਜਿਹੜੇ ਐਕਚੁਅਲੀ ਚਾਹੁੰਦੇ ਨੇ ਕਿ ਸਾਨੂੰ ਵੀ ਮੌਕਾ ਮਿਲੇ ਤੇ OTT ਬੈਸਟ ਕਰਦਾ ਆ ਚੀਜ਼ ਕਿ ਉਹਨਾਂ ਐਕਟਰਸ ਨੂੰ ਚਾਂਸ ਦਿੰਦਾ ਤੇ ਉਹ ਐਕਟਰਸ ਨੂੰ ਤੁਹਾਡੇ ਘਰਾਂ ਦੇ ਟੀਵੀ ਤੱਕ ਪਹੁੰਚਾ ਦਿੰਦਾ ਕਿ ਇਹਨਾਂ ਨੂੰ ਵੇਖੋ ਇਹਨਾਂ ਨੂੰ ਜਾਣੋ ਪਛਾਣੋ ਹੈ ਨਾ ਤੇ ਬਿਲਕੁਲ ਤੇ ਅਸੀਂ ਉਮੀਦ ਕਰਾਂਗੇ ਕਿ ਹੁਣ ਆਪਾਂ ਇਸ ਸਾਲ ਕੀ ਕੀ ਹੈਗਾ ਸੈਕਟਰ 17 ਸ਼ੁਰੂ ਕਰ ਰਹੇ ਹੋ ਸੈਕਟਰ 17 ਸ਼ੁਰੂ ਕਰ ਰਹੇ ਹਨ ਔਰ ਮਨੀਸ਼ ਜੀ ਕਰ ਰਿਹਾ ਉਹ ਡਾਇਰੈਕਟ ਹਾਂ ਅਕਬਾਲ ਲੱਗਿਆ ਹੋਇਆ ਅਸੋਸੀਏਟ ਦੇ ਤਰਫ ਤੋਂ ਉਹ ਸਾਰੇ ਲਾਤੇ ਤੇ ਸਾਰੇ ਜਣੇ ਲੱਗੇ ਹੋਏ ਉਹ ਅਸੀਂ ਇੱਕ ਤਾਂ ਨੇਪਾਲ ਬਾਰਡਰ ਜੀ ਉਧਰ ਕਰਨੀ ਹੈ ਯੂਪੀ ਹਾਂ ਮੈਨੂੰ ਕਿੱਥੇ ਛੱਡਣਾ ਫਿਰ ਜਿੱਥੇ ਜੀ ਕੀਤਾ ਉੱਧਰ ਜਾਦੇ ਘੰਟਾ ਹੋਊ ਕਿਉਂਕਿ ਲੋਕੇਸ਼ਨਾਂ ਜਗਵੀਰ ਬੱਲ ਕਰ ਰਿਹਾ ਲੋਕੇਸ਼ਨ ਸਾਰੀ ਉਹ ਸਾਹਮ ਰਿਹਾ ਸਾਰਾ ਜਿਹਨੇ ਵਾਰਨਿੰਗ ਉਹ ਸਾਹਮ ਦਾ ਲੋਕੇਸ਼ਨਾਂ ਬਹੁਤ ਸਰਾ ਬਹੁਤ ਖਤਰਨਾਕ ਮਾ ਉੱਥੇ ਸਵਾਦ ਆਊਗਾ ਚਲੋ ਫਿਰ ਟ੍ਰੈਵਲ ਅੱਛਾ ਉੱਥੇ ਵੈਸੇ ਵੀ ਸ਼ੇਰ ਆਉਂਦਾ ਨਾਲੇ ਕਹਿੰਦੇ ਤੁਸੀਂ ਜਾਓ ਇਹਨਾਂ ਦਾ ਕੋਈ ਭਰੋਸਾ ਨਹੀਂ ਕਿ ਮੈਨੂੰ ਬਲਾਨ ਤੇ ਸ਼ੇਰ ਕੋ ਖਵਾ ਕੇ ਹਾਦਸਾ ਹੋ ਗਿਆ ਹਾਦਸਾ ਹੋ ਗਿਆ ਜੱਸੀ ਜੱਸੀ ਲੋਕ ਨੇ ਕੀਤੀ ਪ੍ਰੋਡੂਸ ਜਿਹੜੀ ਲਿਖੀ ਵੀ ਉਹਨੇ ਪਤੰਗ ਉਹ ਬਹੁਤ ਕਮਾਲ ਵਧੀਆ ਬਣੀ